ਬਹੁਤ ਸਾਰੇ ਸਵਾਲ ਸਟੂਡੈਂਟਸ ਦੇ ਕਿ ਜਿੱਥੇ ਆਪਾਂ ਹੁਣ ਗੱਲ ਭਾਵੇਂ ਕੈਨੇਡਾ ਦੀ ਕਰਦੇ ਹਾਂ ਨਾਲ ਦੀ ਨਾਲ ਪੀਟੀਈ ਨੂੰ ਲੈ ਕੇ ਕਿਉਂਕਿ ਪੀਟੀਈ ਨੂੰ ਜਦੋਂ ਤੋਂ ਐਸਡੀਐਸ ਦੇ ਵਿੱਚ ਅਪਰੂਵਲ ਮਿਲਣ ਦੀ ਗੱਲ ਸਾਹਮਣੇ ਆਈ ਹੈ ਸਟੂਡੈਂਟਸ ਦੇ ਵਿੱਚ ਖੁਸ਼ੀ ਵੀ ਹੈ ਪਰ ਬਹੁਤ ਸਾਰੇ ਸਵਾਲ ਵੀ ਨੇ ਕਿ ਪੀਟੀਈ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦਾ ਸਕਸੈਸ ਰੇਟ ਮਿਲ ਸਕਦਾ ਹੈ ਅਤੇ ਕਿਉਂਕਿ ਹੁਣ ਦੇ ਸਮੇਂ ਵਿੱਚ ਕਿਸ ਤਰ੍ਹਾਂ ਦੇ ਵੀਜ਼ੇ ਲੱਗ ਰਹੇ ਨੇ ਪੀਟੀਈ ਦੇ ਨਾਲ ਔਰ ਆਉਣ ਵਾਲੇ ਟਾਈਮ ਨੂੰ ਜੇਕਰ ਆਪਾਂ ਕੰਪੈਰੀਜ਼ਨ ਕਰਨ ਦੀ ਕੋਸ਼ਿਸ਼ ਕਰੀਏ ਤਾਂ ਤੁਹਾਡੇ ਹੀ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਮਿਲਣ ਜਾ ਰਹੇ ਨੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਅਤੇ ਅੱਜ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਸਾਰੇ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੀ ਕਿ 26 ਸਾਲਾਂ ਦਾ ਐਕਸਪੀਰੀਅੰਸ ਹੈ ਬਹੁਤ ਲੰਮਾ ਸਮਾਂ ਸਟੂਡੈਂਟਸ ਨੂੰ ਗਾਈਡ ਕਰਦੇ ਆ ਰਹੇ ਨੇ ਮੈਮ ਔਰ ਇੱਕ ਇੱਕ ਪੁਆਇੰਟ ਕਿਸੇ ਵੀ ਸਟੂਡੈਂਟ ਦੀ ਪ੍ਰੋਫਾਈਲ ਦੇਖ ਕੇ ਡਾਕੂਮੈਂਟਸ ਦੇਖ ਕੇ ਹੀ ਦੱਸ ਦਿੰਦੇ ਨੇ ਕਿ ਸਟੂਡੈਂਟ ਨੂੰ ਕਿੱਥੇ ਅੱਗੇ ਵਧਣਾ ਚਾਹੀਦਾ ਅਤੇ ਸਟੂਡੈਂਟ ਕਿੱਥੇ ਆਪਣਾ ਫਿਊਚਰ ਜੋ ਹੈ ਬ੍ਰਾਈਟ ਕਰ ਸਕਦਾ ਹੈ ਸੋ ਤੁਸੀਂ ਵੀ ਸਲਾਹ ਜ਼ਰੂਰ ਲੈ ਸਕਦੇ ਹੋ ਨੰਬਰ ਵੀ ਅਸੀਂ ਲਗਾਤਾਰ ਡਿਸਪਲੇ ਕੀਤੇ ਹੋਏ ਨੇ ਸੋ ਮੈਮ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕੈਨੇਡਾ ਦੀ ਆਪਾਂ ਲਗਾਤਾਰ ਜਦੋਂ ਗੱਲ ਕਰ ਰਹੇ ਹਾਂ 10 ਅਗਸਤ ਦੀ ਵੇਟ ਦੀ ਸਟੂਡੈਂਟਸ ਸਵਾਲ ਲੈ ਕੇ ਸਾਡੇ ਤੱਕ ਵੀ ਪਹੁੰਚਦੇ ਨੇ ਕਮੈਂਟਸ ਦੇ ਜ਼ਰੀਏ ਕਿ ਪੀਟੀਈ ਨੂੰ ਲੈ ਕੇ ਜੋ ਸਵਾਲ ਹੈ ਪਹਿਲਾਂ ਤਾਂ ਜ਼ਰੂਰ ਦੱਸੋ ਕਿ ਕਿੰਨਾ ਕੁ ਸਕੋਰ ਆਪਾਂ ਕਿਉਂਕਿ ਓਵਰਆਲ 60 ਹੈ ਪਰ ਈਚ ਸਕੋਰ ਕੀ ਹੈ ਕਲੈਰਿਟੀ ਹਲੇ ਨਹੀਂ ਆਈ ਹੈ 10 ਅਗਸਤ ਤੋਂ ਬਾਅਦ ਹਾਲਾਂਕਿ ਕਲੈਰਿਟੀ ਹੋਏਗੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਕਸੈਸ ਰੇਟ ਦੀ ਗੱਲ ਕਰੀਏ ਪੀਟੀਈ ਦੇ ਨਾਲ ਤਾਂ ਕਿਸ ਤਰ੍ਹਾਂ ਦਾ ਦਿਖਦਾ ਹੈ ਦੇਖੋ ਹਰਜੋਤ ਪੀਟੀ ਦਾ ਜਿਹੜਾ ਸਕਸੈਸ ਰੇਟ ਹੈ ਲਾਸਟ ਈਅਰ ਬਹੁਤ ਹੀ ਅੱਛਾ ਹੋਇਆ ਈਵਨ ਲੋਕਾਂ ਨੇ ਹੋਮ ਬੇਸ ਪੀਟੀ ਦੇ ਉੱਪਰ ਵੀ ਵੀਜ਼ੇ ਲਏ ਹੈ ਉਹ ਫਿਰ ਬਹੁਤ ਜ਼ਿਆਦਾ ਵੀਜ਼ਾ ਆਇਆ ਮੇਰੇ ਖਿਆਲ ਅਤੇ ਉਸ ਕਾਰਨ ਥੋੜ੍ਹਾ ਜਿਹਾ ਪੀਟੀ ਹਾਈਲਾਈਟ ਵੀ ਹੋਈ ਹੈ ਔਰ ਕਿਧਰੇ ਆਇਲਸ ਬਹੁਤ ਜ਼ਿਆਦਾ ਇੱਕੋ ਕੰਪਨੀ ਦਾ ਮਤਲਬ ਆਇਲਸ ਦਾ ਟੈਸਟ ਚੱਲ ਰਿਹਾ ਉਹ ਵੀ ਕਈ ਚੀਜ਼ਾਂ ਨਜ਼ਰਾਂ 'ਚ ਸੀ ਇਸ ਕਰਕੇ ਜਿਹੜਾ ਹਾਈ ਕਮਿਸ਼ਨ ਹੈ ਉਹਨਾਂ ਨੇ ਕਾਫੀ ਸਾਰੇ ਟੈਸਟ ਇੰਕਲੂਡ ਕੀਤੇ ਜਿਹਦੇ ਵਿੱਚ ਪੀਟੀ ਵੀ ਹੈ ਸੈਲਪੇਪ ਵੀ ਹੈ ਔਰ ਟਫਲ ਵੀ ਹੈ ਜੀ ਠੀਕ ਹੈ ਹੁਣ ਪੀਟੀ ਜਿਹੜਾ ਕੰਪਿਊਟਰ ਬੇਸਡ ਟੈਸਟ ਹੋਣ ਕਰਕੇ ਆਲਦੋ ਆਇਲਸ ਵੀ ਹੁਣ ਕੰਪਿਊਟਰ ਬੇਸਡ ਟੈਸਟ ਵੀ ਹੈ ਪੀਟੀ ਜਿਹੜਾ ਥੋੜ੍ਹਾ ਜਿਹਾ ਸਟੂਡੈਂਟਸ ਨੂੰ ਈਜ਼ੀ ਲੱਗਦਾ ਕਿਉਂਕਿ ਅੱਜ ਕੱਲ੍ਹ ਹਰ ਬੱਚੇ ਦੇ ਸਕੂਲ ਤੋਂ ਹੀ ਕੰਪਿਊਟਰ ਸ਼ੁਰੂ ਹੋ ਜਾਂਦਾ ਪੀਟੀ ਦਾ ਜਿਹੜਾ ਸਕੋਰ ਹੈ ਉਹ ਮੰਨ ਲਓ ਇਸ ਟਾਈਮ ਜਿਹੜਾ ਵੀਜ਼ਾ ਸਕਸੈਸ ਰੇਟ ਹੈ 58 ਜਾਂ ਨੋਟ ਲੈਸ ਦੈਨ 55-54 ਉਹਨਾਂ ਦਾ ਸਕਸੈਸ ਰੇਟ ਠੀਕ ਹੈ ਲੇਕਿਨ ਜੇ ਆਪਾਂ ਸੋਚੀਏ ਕਿ ਜਿੱਦਾਂ ਆਇਲਸ 6 ਬੈਂਡ ਈਚ ਦਾ ਸਕਸੈਸ ਰੇਟ ਬਹੁਤ ਅੱਛਾ ਹੈ ਇਸੇ ਤਰ੍ਹਾਂ ਪੀਟੀ ਵੀ ਜਿਹੜਾ ਅਸੀਂ ਮੰਨ ਰਹੇ ਹਾਂ ਕਿ 60 ਨੋਟ ਲੈਸ ਦੈਨ 55 ਦਾ ਸਕੋਰ ਹੋਏਗਾ ਅਤੇ ਉਹਦੇ ਵਿੱਚ ਸਕਸੈਸ ਰੇਟ ਬਹੁਤ ਜ਼ਿਆਦਾ ਹੋਏਗਾ ਇਸ ਕਰਕੇ ਸਟੂਡੈਂਟ ਔਰ 60 ਸਕੋਰ ਬਹੁਤ ਜ਼ਿਆਦਾ ਨਹੀਂ ਹੈ ਮੇਰੇ ਖਿਆਲ ਬਹੁਤ ਸਾਰੇ ਬੱਚੇ 60 ਸਕੋਰ ਅੱਜ ਵੀ ਮੈਂ ਕਾਉਂਸਲਿੰਗ ਕੀਤੀ ਹੈ ਕਈ ਬੱਚਿਆਂ ਦੀ ਜੀ ਅਤੇ 60 ਸਕੋਰ ਅਕਸਰ ਬੱਚੇ ਲੈ ਆਉਂਦੇ ਆ ਕਿਸੇ 'ਚ 52 ਜਾਂ 53 ਬਾਈ ਚਾਂਸ ਆ ਗਿਆ ਉਹ ਥੋੜ੍ਹੀ ਜਿਹੀ ਹੋਰ ਮਿਹਨਤ ਕਰਨਗੇ ਅਤੇ 52-53 ਦੀ ਜਗ੍ਹਾ ਐਟਲੀਸਟ 55 ਲੈ ਆਉਣ ਅਤੇ ਵੀਜ਼ਾ ਸਕਸੈਸ ਰੇਟ ਆਲਮੋਸਟ ਫਿਰ 100% ਵਾਂਗੂ ਹੋ ਜਾਂਦਾ ਜੀ 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 ਠੀਕ ਹੈ ਬਿਲਕੁਲ ਸਰ ਬਟ ਇਹ ਹੈ ਕਿ ਹਰਜੋਤ ਖਾਲੀ ਪੀਟੀ ਦੇ ਉੱਪਰ ਜਾਂ ਟੋਫਲ ਦੇ ਉੱਪਰ ਜਾਂ ਆਇਲਸ ਦੇ ਉੱਪਰ ਵੀਜ਼ਾ ਨਹੀਂ ਹੁੰਦਾ ਵੀਜ਼ਾ ਦੇ ਹੋਰ ਬੜੇ ਸਾਰੇ ਰੀਜ਼ਨ ਹੁੰਦੇ ਆ ਕਿਉਂਕਿ ਬੱਚਾ ਫੋਨ ਕਰਦਾ ਜੀ ਕਿ ਮੈਡਮ ਮੇਰਾ ਇੰਨਾ ਸਕੋਰ ਆਇਲਸ ਦਾ ਆ ਗਿਆ ਜਾਂ ਇੰਨਾ ਪੀਟੀ ਦਾ ਆ ਗਿਆ ਅਤੇ ਖਾਲੀ ਉਹਦੇ ਉੱਪਰ ਇੱਕ ਚੀਜ਼ ਦੇ ਉੱਪਰ ਵੀਜ਼ਾ ਨਹੀਂ ਹੈ ਵੀਜ਼ਾ ਦੇ ਕਈ ਕਾਰਨ ਹੈ ਕਿ ਤੁਹਾਡੀ ਪਰਸੈਂਟੇਜ ਕਿੱਦਾਂ ਦੀ ਹੈ ਸਬਜੈਕਟਸ ਕੀ ਰੱਖੇ ਹੈ ਜਿਹੜਾ ਆਉਣ ਵਾਲਾ ਤੁਸੀਂ ਜਿਹੜਾ ਕੋਰਸ ਕਰ ਰਹੇ ਹੋ ਨੈਕਸਟ ਕੋਰਸ 'ਚ ਜਾ ਰਹੇ ਹੋ ਉਹਦੀ ਕਿੰਨੀ ਕੁ ਵੈਲਿਊ ਹੈ ਉਹਦੇ ਨਾਲ ਤੁਹਾਡਾ ਪਿਛਲਾ ਕੋਰਸ ਕਿੰਨਾ ਮੈਚ ਕਰ ਰਿਹਾ ਇਹ ਸਾਰੀ ਚੀਜ਼ਾਂ ਦੇਖ ਕੇ ਫਿਰ ਤੁਹਾਡਾ ਵੀਜ਼ਾ ਲੱਗਦਾ ਪੀਟੀ ਔਰ ਆਇਲਸ ਵੀ ਉਹਦਾ ਇੱਕ ਬਹੁਤ ਬੜਾ ਰੀਜ਼ਨ ਹੈ ਲੇਕਿਨ ਹਰ ਚੀਜ਼ ਮੰਨ ਲਓ ਆਪਾਂ ਕੁਝ ਪੁਆਇੰਟ ਦੇ ਦਿੰਦੇ ਹਾਂ ਬਿਲਕੁਲ ਹੈ ਨਾ ਬਿਲਕੁਲ ਕੁਝ ਪੁਆਇੰਟ ਆਪਣੇ ਲੈਂਗੁਏਜ ਨੂੰ ਚਲੇ ਗਏ ਜਿਹਦੇ ਵਿੱਚ ਪੀਟੀ ਆਇਲਸ ਜਾਂ ਟੋਫਲ ਆ ਗਏ ਜੀ ਕੁਝ ਪੁਆਇੰਟਸ ਆਪਣੇ ਕੋਰਸ ਰੈਲੀਵੈਂਸੀ ਦੇ ਆ ਗਏ ਕੁਝ ਪੁਆਇੰਟਸ ਆਪਣਾ ਗੈਪ ਦੇ ਵਿੱਚ ਤੁਸੀਂ ਕੁਝ ਕੀਤਾ ਨਹੀਂ ਕੀਤਾ ਠੀਕ ਹੈ ਕੁਝ ਪੁਆਇੰਟਸ ਤੁਹਾਡੇ ਜਿਹੜੇ ਸਬਜੈਕਟ ਵਾਈਜ਼ ਜਿਹੜੀ ਪਰਸੈਂਟੇਜ ਆ ਉਹਦੇ ਆ ਗਏ ਅਤੇ ਸਾਰਿਆਂ ਨੂੰ ਮਿਲਾ ਕੇ ਕੰਪਲੀਟ ਪ੍ਰੋਫਾਈਲ ਬਣਦਾ ਫਿਰ ਜਾ ਕੇ ਤੁਹਾਡਾ ਵੀਜ਼ਾ ਸਕਸੈਸ ਰੇਟ ਹੈ ਬਾਕੀ ਸਟੂਡੈਂਟਸ ਨੂੰ ਮੈਂ ਰਿਕੁਐਸਟ ਕਰੂੰਗੀ ਵੀਜ਼ਾ ਕੋਈ ਐਡੀ ਵੱਡੀ ਗੱਲ ਨਹੀਂ ਹੈ ਅਸੀਂ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਹਾਂ ਅੱਜ 26 ਸਾਲ ਹੋ ਗਏ ਮੈਨੂੰ ਕੰਮ ਕਰਦੇ ਬਿਲਕੁਲ ਪੂਰੀ ਇੱਕ ਆਪਣੀ ਲਾਈਫ ਦਿੱਤੀ ਹੈ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਬਿਲਕੁਲ ਜਿਹੜਾ ਤੁਸੀਂ ਕੋਰਸ ਲੈ ਰਹੇ ਹੋ ਬਿਲਕੁਲ ਸਹੀ ਲਓ ਇਹ ਨਹੀਂ ਕਿ ਖਾਲੀ ਜਾਣ ਵਾਸਤੇ ਲਓ ਜਾ ਕੇ ਕੀ ਕਰੋਗੇ ਉਹ ਇੰਪਲੀਮੈਂਟ ਵੀ ਕਰਨਾ ਇਸ ਕਰਕੇ ਜ਼ਿਆਦਾਤਰ ਸਟੂਡੈਂਟਸ ਕਾਫੀ ਅਵੇਅਰ ਹੈ ਅੱਜ ਕੱਲ੍ਹ ਨੋਨ ਮੈਡੀਕਲ ਦੇ ਬੱਚੇ ਜਿੱਦਾਂ ਆਈਟੀ ਆਰਟੀਫਿਸ਼ਲ ਇੰਟੈਲੀਜੈਂਸ ਲੈਂਦੇ ਆ ਠੀਕ ਹੈ ਸਾਈਬਰ ਸਿਕਿਉਰਿਟੀ ਲੈ ਰਹੇ ਗੇਮ ਡਿਵੈਲਪਮੈਂਟ ਲੈ ਰਹੇ ਜਿਨ੍ਹਾਂ ਦੀ ਫਿਊਚਰ 'ਚ ਸੈਲਰੀ ਬਹੁਤ ਅੱਛੀ ਹੈ ਜਾਂ ਇੰਜੀਨੀਅਰਿੰਗ ਦੇ ਰਿਲੇਟਿਡ ਕਾਫੀ ਸਾਰੇ ਕੋਰਸਿਸ ਅੱਛੇ ਹੈ ਜਿਹੜੇ ਹਮੇਸ਼ਾ ਡਿਮਾਂਡ 'ਚ ਰਹਿੰਦੇ ਆ
वो कोर्सेज नू लेना चाहिए। उदे बाद तुसी प्रोविंसेस दे विच लो कि जिहड़े प्रोविंसेस दे विच तुहानू क्योंकि जाके सैटलमेंट भी चाहिए है, कमाना भी है, अपने एक्सपीरियंस नाल मान लो तुसी एक जगह गए टोरंटो, हर बच्चा मंग लैंदा अक्सर, उत्थे सैटलमेंट नहीं हुंदी, फिर उत्थों जाके तुसी शिफ्ट करदे हो, इन्हां तो वधिया तुसी पहले ही एक समझदारी नाल वो जगह लो जिथे तुहानू शिफ्ट ना करना पे, और फिर तुसी अपने कोर्स नू फर्दर स्टडीज नू जिहड़ी प्रोग्रेस करदे होए अपनी जिहड़ी सैटलमेंट की तरफ जा सको, क्योंकि अदरवाइज तुसी लॉयर फीसा देंदे देंदे ही घर वालों तो पैसे मंगा के डिसकरेज हो जाओगे। बिल्कुल, तो दिस इज़ माई रिक्वेस्ट, प्लीज़ तुसी ध्यान नाल सुनो, अपनी लाइफ नू एक ठीक सैटलमेंट की तरफ लैके जाओगे तो तुसी जिंदगी विच निराश नहीं होगे, क्योंकि जिन्ना भी मैं बच्चा भेजे हमेशा सही काउंसलिंग नाल भेजे, जिदा हरजोत मैडम कह रहे कि मैं हमेशा एक काउंसलिंग ऑनेस्ट काउंसलिंग कर दी हूँ, मन तो काउंसलिंग कर दी हूँ, बिकॉज लगता है मेरे सारे बच्चे मेरे अपने बच्चे हैं। जी 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 बिल्कुल। सो स्टूडेंट्स नू कहना चाहवांगे जरूर तुहाडा अपना कोई भी डाउट है तो तुसी चंगी सलाह चाहते हो तो इस नंबर पर कॉल करके नैविगेटर ओवरसीज की टीम के नाल टाइमली कॉन्टैक्ट जरूर कर सकते हो। जिमें कि मैम ने कहा कैनेडा जाना है तो सिर्फ आयल्स पीटीई टोफल या सेल्पिप ही मायने नहीं रखता, एसडीएस या नॉन एसडीएस ही मायने नहीं रखता, तुसी केड़ा कोर्स लै रहे हो, केड़ी जगह जा रहे हो, सो बहुत सारिया चीज़ा जिसनों देखना होंगे तो एक माहिर कंसल्टेंट ही इन्हों चीज़ों का सही मैच करते हुए तुहाड़ी फाइल प्रोसैस करके तुहाड़ा वीज़ा लैण विच तुहाड़ी मदद कर सकते हैं। कोई सवाल है, डाउट है, कमेंट सैक्शन में भी तुसी अपना सवाल साडे नाल जरूर साझा कर सकते हो। तो मैम तुहाडा बहुत बहुत थैंक्स, तुसी बहुत चंगे ढंग नाल एक बार फिर स्टूडेंट्स जो है गाइड किया, आई होप स्टूडेंट्स लिए अज ये वीडियो भी काफ़ी बेनीफिशियल रहने वाली है। वीडियो चंगी लगी है तो इसको लाइक एंड शेयर जरूर कर देना, तो अगों भी असं तुहाडे लिए होर इनफॉर्मेटिव वीडियोज लैके आते रहेंगे। फिलहाल ही सानू इजाजत दिओ जी, थैंक यू सो मच जिहड़ा तुसीं मैनूं मौका दिता इस प्लेटफॉर्म ते आउण दा और स्टूडेंट्स नाल अपने विचार सांझे करन दा, थैंक यू सो।